ਸ਼੍ਰੀਕਾਲ ਦੋਸਤੋ, ਮੈਂ ਤੁਹਾਡਾ ਆਪਣਾ ਗੁਰਪ੍ਰੀਤ ਉੜੈਚ। ਤੁਸੀਂ ਮੈਨੂੰ ਦੇਖ ਰਹੇ ਹੋ ਰੋਲਿੰਗ ਫਰੇਮਸ ਇੰਟਰਟੇਨਮੈਂਟ ਚੈਨਲ 'ਤੇ। ਸਭ ਤੋਂ ਪਹਿਲਾਂ ਜਲਦੀ ਨਾਲ ਇਸ ਨੂੰ ਸਬਸਕ੍ਰਾਈਬ ਕਰੋ ਤਾਂ ਕਿ ਤੁਸੀਂ ਮੇਰੀਆਂ ਆਉਣ ਵਾਲੀਆਂ ਕਵਿਤਾਵਾਂ ਦੇਖ ਸਕੋ। ਸੋ ਮੈਨੂੰ ਦੋਸਤੋ ਅੱਜ ਇੱਕ ਗੱਲ ਯਾਦ ਆ ਰਹੀ ਹੈ। ਇਸ ਸਾਲ ਦੀ ਸਭ ਤੋਂ ਬਿਹਤਰੀਨ ਸ਼ੋਰਟ ਫਿਲਮਾਂ ਵਿੱਚੋਂ ਬਦਲਤੀ ਸੋਚ, ਜਿਸ ਨੂੰ ਕਿ ਰੋਇਲਿੰਗ ਫਰੇਮਸ ਇੰਟਰਟੇਨਮੈਂਟ ਵੱਲੋਂ ਹੀ ਬਣਾਇਆ ਗਿਆ ਸੀਗਾ। ਸ਼ੋਰਟ ਫਿਲਮਾਂ ਦੇ ਮਸ਼ਹੂਰ ਡਾਇਰੈਕਟਰ ਅਜਸਵੀ ਸ਼ਰਮਾ ਭਾਅ ਜੀ ਨੇ ਬਣਾਇਆ ਸੀਗਾ। ਸੋ ਉਹਦੀਆਂ ਕੁਛ ਪੰਕਤੀਆਂ ਮੈਂ ਤੁਹਾਡੇ ਨਾਲ ਸ਼ੇਅਰ ਕਰਨੀਆਂ ਚਾਹੁੰਦਾ, ਕਿਉਂਕਿ ਇਹਨਾਂ ਨੇ ਬਹੁਤ ਪ੍ਰਭਾਵ ਛੱਡਿਆ ਸੀਗਾ ਆਪਣੇ ਜਨ ਜੀਵਨ ਲੋਕਾਂ ਦੇ ਉੱਤੇ। ਤੇਰਾ ਸਾਥ ਪਾ ਕੇ ਖਾਬੋਂ ਕੋ ਨਿਆ ਰੰਗ ਮਿਲਣੇ ਲਗਾ ਹੈ, ਸਪਨੋ ਕੀ ਧਰਤੀ ਪੇ ਛੋਟਾ ਸਾ ਫੂਲ ਜੈਸੇ ਖਿਲਨੇ ਲਗਾ ਹੈ, ਚਾਰੋਂ ਤਰਫ ਖੁਸ਼ੀਆਂ ਹੀ ਖੁਸ਼ੀਆਂ, ਨਯਾ ਦੀਪਕ ਕੋਈ ਜਲਨੇ ਲਗਾ ਹੈ, ਦਿਲ ਕੋ ਸਕੂਨ ਹੈ ਤੇਰੇ ਹੋਨੇ ਕਾ, ਦਰਦ ਵੀ ਕਹੀਂ ਦੂਰ ਗਿਆ ਤੁਝੇ ਖੋਨੇ ਕਾ, ਹੱਸ ਕੇ ਯੂੰ ਹੀ ਮੇਰੇ ਸਾਥ ਚਲਤਾ ਹੈ ਵੋ, ਉਸਕੋ ਅਹਿਸਾਸ ਹੈ ਤੇਰੇ ਹੋਨੇ ਕਾ। ਕਹਤੇ ਹੈ ਨਾ ਬਾਪ ਕਾ ਮਾਨ ਹੋਤੀ ਹੈ ਬੇਟੀਆਂ, ਜ਼ਿੰਦਾ ਹੋਨੇ ਕੀ ਪਹਿਚਾਨ ਹੋਤੀ ਹੈ ਬੇਟੀਆਂ, ਆਜ ਨਯਾ ਹੁਆ ਹੈ ਕੁਛ ਖਾਸ, ਮੈਂ ਹੀ ਬਦਲੀ ਨਹੀਂ ਤੂੰ ਵੀ ਬਦਲਾ ਹੈ ਆਜ, ਤੁਝੇ ਪਤਾ ਹੈ ਨੰਨੀ ਪਰੀ ਹਮਾਰੀ ਮੁਸਕਰਾਹਟ ਕੀ ਵਜ੍ਹਾ ਤੂੰ ਹੋ, ਹਰ ਖੁਸ਼ੀ ਕੀ ਰਜ਼ਾ ਤੂੰ ਹੋ, ਤੁਮਾਰੇ ਆਨੇ ਸੇ ਹਮਾਰਾ ਸਮਾਨ ਬੜਾ ਹੈ, ਛੋਟਾ ਨਹੀਂ ਤੁਮਾਰਾ ਅਹਿਸਾਨ ਬੜਾ ਹੈ, ਤੁਮਾਰਾ ਚਹਿ ਚਾਹ ਕੇ ਹੱਸਣਾ ਯੂੰ ਮਾਨੋ ਪਾਇਲ ਕਾ ਸ਼ੋਰ ਹੋ ਤੁਮ, ਤੁਮਾਰਾ ਚਹਿ ਚਾਹ ਕੇ ਹੱਸਣਾ ਯੂੰ ਮਾਨੋ ਪਾਇਲ ਕਾ ਸ਼ੋਰ ਹੋ ਤੁਮ, ਸੁੱਖ ਸਮ੍ਰਿੱਧੀ ਉੱਨਤੀ ਵਿਕਾਸ ਗੌਰਵ ਕਾ ਨਯਾ ਦੌਰ ਹੋ ਤੁਮ, ਆਓ ਮੇਰੇ ਪਾਸ ਉਠਾਊਂ ਤੁਮੇ ਮੇਰੀ ਬਾਜ਼ੂਓਂ ਕਾ ਜ਼ੋਰ ਹੋ ਤੁਮ, ਸੁਨਾ ਹੈ ਗਿਆਨੀ ਵਿਦਵਾਨੋ ਸੇ ਛੋਟਾ ਸਾ ਬੱਚਾ ਹੋਤਾ ਹੈ ਇਨਸਾਨੋ ਮੇਂ, ਕਿਉਂ ਮਿਲਤਾ ਨਹੀਂ ਤੂੰ ਖੁਦਾਇਆ, ਕਹੀਂ ਖੋ ਗਿਆ ਹੈ ਇਨਸਾਨੋ ਮੇਂ, ਨੰਨੀ ਕਲੀ ਕਭੀ ਛਾਇਆ ਦੇਗੀ ਛੋਟੇ ਬੜੇ ਮਕਾਨੋ ਮੇਂ, ਅਭੀ ਤੋ ਛੋਟੀ ਛੋਟੀ ਖੁਸ਼ੀਆਂ ਹੈ ਇਸਕੇ ਪਿਆਰੇ ਪਿਆਰੇ ਅਫਸਾਨੋ ਮੇਂ, ਆਜ ਹੋਸ਼ ਕੇ ਸਾਥ ਜੋਸ਼ ਵੀ ਹੈ, ਆਜ਼ਾਦ ਹੈ ਭਾਰਤ ਆਜ਼ਾਦ ਸੋਚ ਵੀ ਹੈ, ਬੜਤੀ ਸੋਚ ਬਦਲਤੀ ਸੋਚ ਇੱਕ ਬਿਹਤਰ ਸੋਚ। ਸੋ ਦੋਸਤੋ, ਇਹ ਸ਼ੋਰਟ ਫਿਲਮਾਂ ਦੇ ਮਸ਼ਹੂਰ ਡਾਇਰੈਕਟਰ ਮੇਰੇ ਭਾਅ ਜੀ ਅਜਸਵੀ ਸ਼ਰਮਾ ਭਾਅ ਜੀ ਨੇ ਬਹੁਤ ਮਿਹਨਤ ਨਾਲ ਤਿਆਰ ਕੀਤੀ ਸੀਗੀ ਫਿਲਮ। ਇਹਦੇ ਵਿੱਚ ਬਹੁਤ ਇੱਕ ਕਿੱਸਾ ਜੁੜਿਆ ਹੋਇਆ। ਭਾਅ ਜੀ ਮੈਨੂੰ ਕਹਿੰਦੇ ਸੀਗੇ ਕਿ ਇੱਦਾਂ ਲਿਖ ਕੇ ਭੇਜ, ਇੱਦਾਂ ਲਿਖ ਕੇ ਭੇਜ, ਮੇਰੇ ਤੋਂ ਕੁਛ ਉਹ ਲਾਈਨਾਂ ਆ ਨਹੀਂ ਸੀ ਰਹੀਆਂ, ਅਤੇ ਫਿਰ ਆਖਿਰਕਾਰ ਇਸ ਕਵਿਤਾ ਨੇ ਰੂਪ ਲਿਆ ਅਤੇ ਪੂਰਾ ਰੂਪ ਬਣ ਕੇ ਤੁਹਾਡੇ ਸਾਹਮਣੇ ਆਇਆ। ਸੋ ਇਸ ਫਿਲਮ ਨੂੰ ਤੁਸੀਂ ਬਹੁਤ ਪਿਆਰ ਦਿੱਤਾ, ਜੋ ਕਿ ਲੋਕਾਂ ਦੇ ਬਹੁਤ ਪ੍ਰਭਾਵ ਛੱਡਿਆ। ਇਸ ਫਿਲਮ ਦੇ ਵਿੱਚ ਤੁਸੀਂ ਇਹ ਕਵਿਤਾ ਦੇਖ ਸਕਦੇ ਹੋ, ਸੁਣ ਸਕਦੇ ਹੋ, ਮਹਿਸੂਸ ਕਰ ਸਕਦੇ ਹੋ। ਸੋ ਇਸ ਦਾ ਡਿਸਕ੍ਰਿਪਸ਼ਨ ਵਿੱਚ ਲਿੰਕ ਦਿੱਤਾ ਹੋਇਆ, ਸੋ ਤੁਸੀਂ ਜ਼ਰੂਰ ਦੇਖੋ ਅਤੇ ਸ਼ੇਅਰ ਕਰੋ, ਇਸ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰੋ। ਓਕੇ, ਆਪਾਂ ਹੋਰ ਕਵਿਤਾ ਵੀ ਤੁਹਾਡੇ ਕੋਲ ਲੈ ਕੇ ਆਵਾਂਗੇ। ਸੋ ਸਤਿ ਸ਼੍ਰੀ ਅਕਾਲ ਦੋਸਤੋ, ਥੈਂਕ ਯੂ।